ਦੇਖੋ ਇਸ ਵੇਲੇ ਆਪਾਂ ਜਿਹੜਾ ਇਹ ਭੋਲੇ ਵਾਲ ਕਦੀਮ ਦਾ ਜਿਹੜਾ ਪਿੰਡ ਆ ਉਹਦੇ ਰੱਖ ਵਿੱਚ ਖੜ੍ਹੇ ਹਾਂ ਅਤੇ ਇੱਥੋਂ ਨਜ਼ਰ ਮਾਰੋ ਵੀ ਜਿਹੜਾ ਦਰਿਆ ਹੈ ਤਕਰੀਬਨ 2 ਕਿਲੋਮੀਟਰ ਆ ਇੱਥੋਂ ਦਰਿਆ ਡੇਢ ਕਿਲੋਮੀਟਰ ਹੋਏਗਾ ਤਕਰੀਬਨ ਦਿਖਦਾ ਵੀ ਨਹੀਂ ਗਾ ਅਤੇ ਇੱਥੇ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਜ਼ਿੰਮੇਵਾਰੀ ਤੋਂ ਅਸੀਂ ਪਿੱਛੇ ਹਟਣ ਦੇ ਜਾਂ ਮੈਂ ਊਂ ਗੱਲ ਕਰ ਰਿਹਾ ਵੀ ਇਹ ਸੋਚਿਆ ਵੀ ਨਹੀਂ ਜਾ ਸਕਦਾ ਸਾਰੇ ਪਿੰਡ ਦੇ ਸਰਪੰਚ ਸਾਹਿਬ ਖੜ੍ਹੇ ਆ ਐਸ ਡੀ ਐਮ ਸਾਹਿਬ ਖੜ੍ਹੇ ਆ ਸਾਡੇ ਐਸ ਡੀ ਓ ਸਾਹਿਬ ਖੜ੍ਹੇ ਆ ਇਰੀਗੇਸ਼ਨ ਮਹਿਕਮੇ ਦੇ ਸਾਰਾ ਇੱਥੇ ਕਦੇ ਹੋਇਆ ਹੀ ਨਹੀਂ ਸੀ ਆਹ ਬਜ਼ੁਰਗ ਮੈਂ ਸਮਝਦਾ 70-70 ਸਾਲ ਉਮਰਾਂ ਹੋ ਗਈਆਂ ਆਹ ਨਾਲ ਹੀ 100 ਮੀਟਰ 'ਤੇ ਜਿਹੜਾ ਹੈ ਜਲੰਧਰ ਸ਼ੁਰੂ ਹੋ ਜਾਂਦਾ ਜ਼ਿਲ੍ਹਾ ਉੱਧਰ ਹੁੰਦਾ ਸੀ ਇੱਧਰ ਕਦੇ ਵੀ ਮੈਂ ਅਨਫੋਰਚੁਨੇਟ ਆ ਇਹ ਹੋਇਆ ਹੈ ਇੱਥੇ ਪਰ ਇਹ ਕਦੇ ਸੋਚ ਮਤਲਬ ਐਕਸਪੈਕਟਡ ਹੀ ਨਹੀਂ ਸੀ ਵੀ ਇੱਥੇ ਵੀ ਇਹ ਇਹੋ ਜਿਹਾ ਕੰਮ ਹੋ ਸਕਦਾ ਪਰ ਇਹ ਹੋਇਆ ਹੈ ਸਾਡੇ ਐਡਮਿਨਿਸਟ੍ਰੇਸ਼ਨ ਨੇ ਅਤੇ ਖਾਸ ਤੌਰ 'ਤੇ ਪਿੰਡ ਵਾਲਿਆਂ ਨੇ ਮਹਿਕਮੇ ਨੇ ਨਾਲ ਰਲ ਕੇ ਉਦਣ ਤੋਂ ਹੀ ਲਗਾਤਾਰ ਲੱਗੇ ਹੋਏ ਆ ਅੱਜ ਇਹ ਜਿਹੜਾ ਇਹ ਤਕਰੀਬਨ ਕਿਉਂਕਿ ਹੁਣ ਪਾਣੀ ਘੱਟ ਗਿਆ ਅੱਜ ਹੋਰ ਕੁਛ 4 ਘੰਟੇ ਦੇ ਵਿੱਚ ਇਹ ਪੂਰਾ ਜਿਹੜਾ ਇਹ ਬੰਨ ਸ਼ਾਮ ਤੱਕ ਆ ਜਿਹੜਾ ਇਹ ਜਿੰਨਾ ਵੀ ਪਾੜ ਆ ਇਹ ਪੂਰਾ ਭਰਿਆ ਜਾਏਗਾ ਕਿਤੋਂ ਵੀ ਫੰਡ ਆਵੇ ਚਾਹੇ ਐਮ ਪੀ ਲੈਂਡ 'ਚੋਂ ਆਵੇ ਚਾਹੇ ਮੰਤਰੀ ਜੀ ਦੇ ਫੰਡ 'ਚੋਂ ਆਏ ਚਾਹੇ ਮਹਿਕਮੇ ਦੇ ਫੰਡ 'ਚੋਂ ਆਏ ਇਹ ਜਲਦੀ ਤੋਂ ਜਲਦੀ ਜਿਹੜਾ ਤੁਸੀਂ ਆ ਜਿੱਦਣ ਵੀ ਆ ਮੀਂਹ ਬੰਦ ਹੋ ਜਾਂਦੇ ਆ ਉਦੋਂ ਹੀ ਇਹਦਾ ਸੜਕ ਦਾ ਜਿਹੜਾ ਕੰਮ ਆ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਹ ਕੰਮ ਪੂਰਾ ਹੋ ਗਿਆ ਇਦੋਂ ਬਾਅਦ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਉਹ ਕੰਮ ਸ਼ੁਰੂ ਹੋ ਚੁੱਕਿਆ ਅਤੇ ਇਦੋਂ ਬਾਅਦ ਜਿਹੜੇ ਪਟਵਾਰੀ ਨੇ ਤਹਿਸੀਲਦਾਰ ਨੇ ਸਾਰੇ ਆ ਜਿਹੜੇ ਉਹ ਗੋਦਾਵਰੀ ਦਾ ਕੰਮ ਆ ਜਿਹੜਾ ਕੱਲ੍ਹ ਤੋਂ ਜਿਹੜਾ ਤਕਰੀਬਨ ਉਹ ਸ਼ੁਰੂ ਹੋ ਜਾਏਗਾ ਫਿਰ ਜਿੰਨਾ ਵੀ ਨੁਕਸਾਨ ਹੋਇਆ ਕਿਸੇ ਦਾ ਵੀ ਕੋਈ ਵੀ ਕਮੀ ਨਾ ਰਹੇ ਉਹ ਆ ਹੁਣ ਅਸੀਂ ਆਉਂਦੇ ਆਪਾਂ ਦੇਖਦੇ ਆਏ ਹਾਂ ਇਕੱਠੇ ਆਏ ਹਾਂ ਸਾਰੇ ਅਤੇ ਕਿੰਨਾ ਕਿੰਨਾ ਪਾਣੀ ਆ ਕੇ ਜਿਹੜਾ ਵਾਪਸ ਗਿਆ ਹੋਇਆ ਬਹੁਤ ਫਸਲਾਂ ਦਾ ਨੁਕਸਾਨ ਹੋਇਆ ਹੁਣ ਭਰਪਾਈ ਇਦੋਂ ਬਾਅਦ ਕਰਨਾ ਸਾਡਾ ਕੰਮ ਉਹਨਾਂ ਦਾ ਹੈ ਜਦੋਂ ਹੁਣ ਸਿਚੁਏਸ਼ਨ ਪਾਣੀ ਦੀ ਅੱਗੇ ਨਾਲੋਂ ਕੰਟਰੋਲ 'ਚ ਹੈ ਪਾਣੀ ਡਾਊਨ ਹੋ ਚੁੱਕਿਆ ਉਸ ਤੋਂ ਬਾਅਦ ਦੇ ਜਿਹੜੇ ਕੰਮ ਹੈ ਜਿੱਥੇ ਜਿੱਥੇ ਬੰਨ ਟੁੱਟਿਆ ਉਹਨੂੰ ਪੂਰਨਾ ਉਹਦੀ ਸਿਚੁਏਸ਼ਨ ਰਿਵਿਊ ਕਰਨੀ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼